ਕੇਰਾਂ ਦੀ ਗੱਲ ਸੁਣ ਲਓ ਕਿ ਭਾਨੇ ਦੀ ਭੂਆ ਨੂੰ ਲੈਣ ਲਈ ਭਾਨੇ ਦਾ ਫੁੱਫੜ ਆ ਗਿਆ। ਫੇਰ ਬਸ ਫੇਰ ਕੀ, ਉਹਨੇ ਰਾਤ ਨੂੰ ਸੌਣ ਲੱਗੇ ਨੇ ਆਪਣੀ ਪੱਗ ਲਾ ਕੇ ਕੰਸ ਤੇ ਟਕਾ ਤੀ ਤੇ ਮਗਰ ਹੀ ਭਾਨੇ ਨੇ ਅੱਖ ਬਚਾ ਕੇ ਬੰਨੀ ਬਣਾਈ ਪੱਗ ਆਪਣੇ ਸਿਰ ਤੇ ਸਜਾ ਤੀ। ਫੁੱਫੜ ਦੇ ਲੀੜੇ ਫਸਾ ਕੇ ਭਾਨਾ ਬਾਹਰ ਆ ਗਿਆ ਤੇ ਭਾਨੇ ਨੂੰ ਪੜ੍ਹਿਆ ਲਿਖਿਆ ਸਮਝ ਕੇ ਇਹਨੇ ਨੂੰ ਜਾਕਰ ਆਪਣੀ ਚਿੱਠੀ ਪੜ੍ਹਾਉਣ ਆ ਗਿਆ। ਕਹਿੰਦਾ ਸਰਦਾਰ ਜੀ ਮੇਰੀ ਚਿੱਠੀ ਪੜ੍ਹਿਓ। ਭਾਨਾ ਕਹਿੰਦਾ ਜਾਕਰਾ ਪਛਾਣਿਆ ਨਹੀਂ ਮੈਂ ਭਾਨਾ, ਮੈਨੂੰ ਕਿੱਥੇ ਪੜ੍ਹਨਾ ਆਉਂਦਾ, ਆਪਣੀ ਚਿੱਠੀ ਤਾਂ ਮੈਂ ਕਿਸੇ ਤੋਂ ਪੜ੍ਹਾਉਣਾ। ਜਾਕਰ ਕਹਿੰਦਾ ਮੈਨੂੰ ਬੁੱਧੂ ਬਣਾਉਣਾ, ਸਿਰ ਤੇ ਐਡੀ ਵੱਡੀ ਪੱਗ ਬੰਨੀ ਆ, ਪੜ੍ਹਨਾ ਕਿਵੇਂ ਨਹੀਂ ਆਉਂਦਾ, ਪੜ੍ਹ ਕੇ ਸੁਣਾ। ਭਾਨੇ ਨੇ ਜਦੇ ਪੱਗ ਲਾ ਕੇ ਜਾਕਰ ਦੇ ਸਿਰ ਤੇ ਟਕਾ ਦੀ। ਅੱਛਾ ਕਹਿੰਦਾ ਜੇ ਇਹ ਗੱਲ ਆ ਹੁਣ ਤੂੰ ਪੜ੍ਹ ਕੇ ਸੁਣਾ।